धूं धूं करके सड़ रही कार दियां इह तस्वीरां मोगा दे पिंड लोहारा दे नेड़े दियां ने, जिथे धी नूं लोहड़ी देण जा रहे परिवार नाल भयानक हादसा वापर गया। कार सवार व्यक्ति ने दस्सिया कि ओहो अपने मालक दी गड्डी लैके मोगा तों बरनाला अपनी धी नूं लोहड़ी देण जा रहे सन कि अचानक कार चों धुआं उठण लगा। जदों गड्डी रोक के चैक कीता तां गड्डी चों इकदम अग दियां लपटां उठण लगियां, जिस ने कुछ ही पलां विच पूरी गड्डी नूं साड़ के सुआह कर दिता। एकदम ही सारी अग पै गई, एक डैशबोर्ड नूं, डैशबोर्ड तों स्टीयरिंग वाल नूं, सीटां नूं, इंजन वाले पासे, सारे पासे एकदम ही लाइट एकदम अग फैल गई। तो असीं तां बिल्कुल घबरा गए, तो घबरा के तो बच्चों नूं भी फटाफट मैं बाहर कढ़िया, घर दे नाल सीगे मेरे, उन्हां नूं फटाफट बाहर कढ़िया। मोगे तो आ रहे सीगे ते अपनी गुड़िया कोल जा रहे सी बरनाले, लोहड़ी दा फंक्शन सीगा, उन्हां लोहड़ी देण वास्ते जा रहे सी बच्चे नूं। गड्डी तुसीं रेंट ते करके लए? गड्डी नहीं, रेंट ते नहीं, गड्डी अपने हैगे जिन्हां कोल मैं काम करदा, बाऊ उन्हां दी है गड्डी। परिवार बिल्कुल सही है, कोई जानी नुकसान नहीं होया गा। गड्डी दा नुकसान होया, बाकी जो समान सून लैके आए सीगे असीं कुड़ी नूं देण वास्ते, ਉਹ ਸਾਰਾ ਸੜ ਕੇ ਸਵਾਹ ਹੋ ਗਿਆ ਬਿਲਕੁਲ ਹੀ। ਉੱਥੇ ਚਸ਼ਮਦੀਦ ਵਿਅਕਤੀ ਨੇ ਦੱਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕਿਸੇ ਤਰ੍ਹਾਂ ਪਰਿਵਾਰ ਨੂੰ ਬਚਾਇਆ ਗਿਆ, ਜਦੋਂ ਕਿ ਮੌਕੇ ਤੇ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ। ਬਾਈ ਜੀ, ਅਸੀਂ ਨਾ ਜਿਵੇਂ ਕਿ ਗੱਡੀ ਨੂੰ ਅੱਗ ਲੱਗੀ ਆ, 6:50 ਤੇ ਅੱਗ ਲੱਗੀ ਆ ਜੀ। ਅਸੀਂ ਉਦੋਂ ਕੋਈ 5 ਮਿੰਟ ਮਗਰੋਂ ਜਸਪ੍ਰੀਤ ਦਾ ਮੈਨੂੰ ਫੋਨ ਆਇਆ ਜੀ, ਕਹਿੰਦਾ ਵੀ ਲੁਹਾਰੇ ਵਾਲੇ ਪੁਲ ਤੇ ਨਾ ਗੱਡੀ ਨੂੰ ਅੱਗ ਲੱਗੀ ਹੋਈ ਆ ਜੀ। ਅਸੀਂ ਮੈਡੀਕਲ ਤੇ ਜਿੰਨੇ ਵੀ ਮੁੰਡੇ ਬੈਠੇ ਸਾਰੇ ਭੱਜ ਕੇ ਆਏ ਜੀ, ਗੱਡੀ ਪੂਰੀ ਲਾਪਟਾਂ ਨਾਲ ਮੱਚ ਰਹੀ ਸੀ ਜੀ। ਸਾਰਾ ਪਰਿਵਾਰ ਇਹ ਵੈਸੇ ਆ ਕੇ ਅਸੀਂ ਬਾਰ ਬਾਰ ਦਮਾ ਦਮ ਕੱਢਿਆ ਜੀ ਬੱਚ। ਇਹ 3 ਜਣੇ ਬੱਚੇ ਸੀਗੇ ਜੀ, ਇਹਨਾਂ ਦੀ ਵਾਈਫ ਸੀ, ਬਾਈ ਸੀਗਾ ਅਤੇ ਨਾਲ ਡਰਾਈਵਰ ਸੀ, 6 ਜਣੇ ਸੀ ਜੀ। ਇਹ ਮੋਗੇ ਤੋਂ ਬਰਨਾਲੇ ਜਾ ਰਹੇ ਸੀਗੇ ਜੀ ਫੰਕਸ਼ਨ 'ਤੇ ਜੀ। ਅਤੇ ਪਰਿਵਾਰ ਹੁਣ ਬੱਚੇ ਦਾ ਪਰਿਵਾਰ? ਪਰਿਵਾਰ ਠੀਕ ਆ ਜੀ, ਹਾਂਜੀ। ਬਾਕੀ ਜਿਹੜਾ ਸਮਾਨ ਸੀਗਾ ਉਹ ਸਾਰਾ ਮੱਚ ਗਿਆ ਜੀ, ਪਰਿਵਾਰ ਜਾਨੀ ਨੁਕਸਾਨ ਨਹੀਂ ਕੋਈ ਹੋਇਆ। ਹਾਂਜੀ, ਪ੍ਰਸ਼ਾਸਨ ਵੱਲੋਂ ਵੀ ਆਏ ਮੌਕੇ ਤੇ? ਨਹੀਂ ਜੀ, ਕੋਈ ਨਹੀਂ ਆਇਆ ਹੈਗਾ ਜੀ। ਸੰਪਰਕ ਇੱਥੋਂ ਜੀ ਪਿੰਡ ਵਾਲੇ ਲੁਹਾਰੇ ਵਾਲਿਆਂ ਨੇ, ਮੁੰਡਿਆਂ ਨੇ ਫੋਨ ਲਾਏ ਸੀਗੇ ਜੀ, ਕੋਈ ਬੰਦਾ ਮੌਕੇ ਤੇ ਨਹੀਂ ਪਹੁੰਚਿਆ, ਬਸ ਜਿਹੜੇ ਪ੍ਰਾਈਵੇਟ ਬੰਦੇ ਨੇ ਆਪਣੇ ਲੋਕਲ, ਬਸ ਉਹੀ ਬੰਦੇ ਪਹੁੰਚੇ ਨੇ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਗੱਡੀ ਵਿੱਚ ਸਵਾਰ 3 ਬੱਚਿਆਂ ਸਮੇਤ 2 ਮਰਦਾਂ ਤੇ 1 ਔਰਤ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਸੀ, ਜਦੋਂ ਕਿ ਧੀ ਦੇ ਸ਼ਗਨ ਲਈ ਲਿਆਂਦਾ ਸਮਾਨ ਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ। ਮੋਗਾ ਤੋਂ ਵਿਪਨ ਓਂਕਾਰਾ, ਜਗਬਾਣੀ ਟੀਵੀ।